पंजाब चीफ ब्यूरो राजकुमार नवप्रीत कश्मीर आम आदमी पार्टी दे वल्लों अज प्रेस कॉन्फ्रेंस विच पार्टी दे एडवोकेट नवदीप सिंह जिंदा ने कहा कि कांग्रेस पार्टी हुण घबराहट विच है ते 2022 विच आम आदमी पार्टी अपनी सरकार बनाएगी, इसलिए कांग्रेस वालों आम आदमी पार्टी दे नुमाइंदा जिन्हां ने नगर कौंसलर दी चोणां लड़ियां सन नूं डराया धमकाया जा रहा है। ਸਾਡੀ ਪਾਰਟੀ ਦੇ ਵਲੰਟੀਅਰ ਨੂੰ ਜੇਕਰ ਧਮਕਾਉਣਾ ਬੰਦ ਨਾ ਕੀਤਾ ਤਾਂ ਇੱਕ ਹੋ ਸਕਦਾ ਹੈ ਸਾਨੂੰ ਬਠਿੰਡਾ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਅੱਗੇ ਜਾਂ ਜੈਜੀਤ ਸਿੰਘ ਜੌਹਲ ਜਿਹੜਾ ਇੱਥੇ ਕਿ ਬਠਿੰਡਾ ਸਾਰਾ ਕੰਮ ਚਲਾਉਂਦਾ ਉਹਦੇ ਕੋਠੀ ਘੇਰ ਕੇ ਰੱਖਣੀ ਪਵੇ ਜਦੋਂ ਤੱਕ ਕਿ ਕੈਪਟਨ ਸਾਹਿਬ ਸਾਡੀ ਗੱਲ ਨਹੀਂ ਸੁਣਦੇ। ਕੈਪਟਨ ਸਾਹਿਬ ਨੂੰ ਵੀ ਅਸੀਂ ਰਿਟਨ 'ਚ ਭੇਜਾਂਗੇ ਕਿ ਬਠਿੰਡਾ ਦਾ ਹਾਲ ਦੇਖੋ ਅੱਗੇ ਕੀ ਕੁਛ ਇੱਥੇ ਵੀ ਰਾਮ ਰਾਜ ਦੀਆਂ ਗੱਲਾਂ ਹੁਣ ਕਰ ਕਰੀਆਂ ਜਾ ਰਹੀਆਂ ਹੈ ਅਤੇ ਕਿਵੇਂ ਰਾਮ ਰਾਜ ਚੱਲੀ ਜਾਂਦਾ ਬਠਿੰਡਾ ਦੇ ਵਿੱਚ। ਸੋ ਇਹ ਗੱਲਾਂ ਮੈਂ ਤੁਹਾਡੇ ਜ਼ਰੀਏ ਕਰਨਾ ਚਾਹੁੰਦਾ ਸੀਗਾ ਕਿ ਜਿਹੜੇ ਦਿਨ ਬ ਦਿਨ ਸਾਡੇ ਮੈਡਮ ਖੜ੍ਹੇ ਆ ਇਹਨਾਂ ਨੂੰ ਧਮਕੀਆਂ ਮਿਲ ਰਹੀਆਂ ਲਗਾਤਾਰ, ਇਹਨਾਂ ਨੇ ਚੋਣ ਲੜੀ ਸੀਗੀ, ਤਾਂ ਮੈਂ ਇਹਨਾਂ ਨੂੰ ਵੀ ਕਹਿਣਾ 2 ਮਿੰਟ ਆਪਦਾ ਜਿਹੜਾ ਹੈਗਾ ਕੀ ਜਿਹੜਾ ਰਿਪੀਟ ਤੁਸੀਂ ਤੁਸੀਂ ਦੱਸੋ ਕਿੱਦਾਂ ਧਮਕੀ ਮਿਲ ਰਹੀ ਹੈ। ਝੂਠੇ ਪਰਚੇ ਪਾਉਣ ਤੋਂ ਲੈ ਕੇ ਹੋਰ ਪਤਾ ਨਹੀਂ ਰੋਜ਼ਾਨਾ ਮਤਲਬ ਕਿ ਇੰਨਾ ਹੈਰਾਨ ਪਰੇਸ਼ਾਨ ਕਰ ਰਿਹਾ ਕਿ ਰੋਜ਼ਾਨਾ ਕੋਈ ਨਾ ਕੋਈ ਪੁਲਿਸ ਵਾਲਾ ਜਾਂ ਤਾਂ ਫੋਨ ਜਾਂ ਫਿਰ ਸਾਡੇ ਘਰ ਆ ਕੇ ਖੜ੍ਹਾ ਰਹਿੰਦਾ ਹੈਗਾ ਵੀ ਜੇ ਕੋਈ ਸੱਚ ਦਾ ਸਾਥ ਨਹੀਂ ਦੇ ਰਿਹਾ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਵੀ ਪੁਲਿਸ ਆਫਿਸਰ ਕਿਸ ਕਰਕੇ ਨੇ ਕੀ ਕਰਕੇ ਰਹੇਗੀ। ਐਮ ਸੀ ਹੈਗੀ ਉੱਥੋਂ ਦੀ ਪੁਸ਼ਪਾ ਰਾਣੀ ਅਤੇ ਉਹਦਾ ਘਰ ਵਾਲਾ ਹੈਗਾ ਵਿਪਿਨ ਮਿੱਠੂ ਉਹਦੇ ਨਾਲ ਬਿਲਕੁਲ ਹੈਗਾ ਉਹ ਪੂਰਾ ਮਤਲਬ ਕਿ ਉਹਨੂੰ ਸਪੋਰਟ ਕਰਦਾ ਹੈਗਾ ਅਤੇ ਸਾਨੂੰ ਉਸੇ ਦਿਨ ਦਾ ਜਦੋਂ ਵੀ ਕਹਿਣ ਲੱਗੇ ਨੇ ਕਿ ਤੁਸੀਂ ਪਾਰਟੀ ਜੁਆਇਨ ਕਰੋ ਇਹ ਜੁਆਇਨ ਕਰੋ ਵੀ ਕਿਉਂ ਇੰਨੀ ਧੱਕੇਸ਼ਾਹੀ ਹੈਗੀ ਹੈ ਵੀ ਜੇ ਤੁਸੀਂ ਆਪਣੀ ਪਾਰਟੀ 'ਚ ਹੋ ਤਾਂ ਠੀਕ ਹੈ ਨਾ। ਇੱਥੋਂ ਤੱਕ ਕਿ ਇਹ ਗੱਲ ਕਹੀ ਜਾਂਦੀ ਹੈ ਦੀਪਕ ਸੋਚਾ ਵੱਲੋਂ ਕਿ ਮੈਂ ਤੈਨੂੰ ਪਾ ਕੇ ਛੱਡਾਂਗਾ, ਦੱਸੋ ਕਿਹੋ ਜਿਹੀ ਲੈਂਗੁਏਜ ਘਟੀਆ ਯੂਜ਼ ਕੀਤੀ ਔਰ ਉੱਥੋਂ ਦਾ ਐਮ ਸੀ ਵੀ ਸਪੋਰਟ ਕਰ ਰਿਹਾ, ਨਾ ਐਸ ਐਚ ਓ ਕੋਈ ਕਾਰਵਾਈ ਕਰ ਰਿਹਾ, ਨਾ ਕੋਈ ਫਿਰਤੀ ਕਾਰਵਾਈ ਕਰ ਰਿਹਾ, ਨਾ ਕੋਈ ਐਸ ਐਸ ਪੀ ਕਾਰਵਾਈ ਕਰ ਰਿਹਾ। ਕੀ ਕਾਰਨ ਹੈ ਵੀ ਇੱਕ ਲੇਡੀ ਨੂੰ